कोविड महामारी नूं नजिठण लई मुख्यमंत्री ने प्रधानमंत्री मोदी तो कीती जरूरी समान दी मांग, नाल ही 400 नर्सां अते 140 तकनीकी अधिकारियों की भर्ती दे दित्ते आदेश। नवजोत सिद्धू ने एक बार फिर तो अपनी सरकार की कारगुजारी ते लगाए प्रश्न चिन्ह, क्या बेअदबी मामले विच एडवोकेट जनरल ते दोष मढ़ के अपनी जिम्मेवारी तो भज्जिया जा रहा है। ਅਤੇ ਵੱਧ ਰਹੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਕੈਨੇਡਾ ਸਰਕਾਰ ਨੇ ਭਾਰਤ ਤੇ ਪਾਕਿਸਤਾਨ ਤੋਂ ਸਾਰੀਆਂ ਯਾਤਰੀ ਹਵਾਈ ਉਡਾਨਾਂ ਤੇ 30 ਦਿਨਾਂ ਦੀ ਲਗਾਈ ਰੋਕ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਰਚਨਾ, ਬੁਲੇਟਿਨ ਦੀ ਸ਼ੁਰੂਆਤ ਇਸ ਖਬਰ ਦੇ ਨਾਲ। ਕੋਰੋਨਾ ਦੀ ਦੂਜੀ ਲਹਿਰ ਵਿੱਚ ਸਭ ਤੋਂ ਵੱਧ ਪ੍ਰਭਾਵਿਤ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਰਿਵਿਊ ਮੀਟਿੰਗ ਕੀਤੀ, ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਨਾਲ ਲੜਨ ਲਈ ਪ੍ਰਧਾਨ ਮੰਤਰੀ ਤੋਂ ਆਕਸੀਜਨ, ਜ਼ਰੂਰੀ ਦਵਾਈਆਂ ਅਤੇ ਟੀਕੇ ਦੀ ਸਪਲਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਨੇ ਕੋਰੋਨਾ ਕਾਰਨ ਸਰਕਾਰੀ ਮੈਡੀਕਲ ਕਾਲਜ ਵਿੱਚ 400 ਨਰਸਾਂ ਅਤੇ 140 ਤਕਨੀਕੀ ਅਧਿਕਾਰੀਆਂ ਦੀ ਭਰਤੀ ਦੇ ਆਦੇਸ਼ ਵੀ ਦਿੱਤੇ ਨੇ। ਕੋਵਿਡ 19 ਨਾਲ ਵਧੇਰੇ ਪ੍ਰਭਾਵਿਤ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਕੀਤੀ, ਜਿਸ ਵਿੱਚ ਸਭ ਮੁੱਖ ਮੰਤਰੀਆਂ ਨੇ ਕੋਵਿਡ 19 ਨਾਲ ਲੜਾਈ ਲਈ ਜ਼ਰੂਰੀ ਸਮਾਨ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਜ ਦੇ ਲਈ ਪ੍ਰਧਾਨ ਮੰਤਰੀ ਨੂੰ ਆਕਸੀਜਨ, ਜ਼ਰੂਰੀ ਦਵਾਈਆਂ ਅਤੇ ਟੀਕੇ ਦੀ ਸਪਲਾਈ ਦੀ ਮੰਗ ਕੀਤੀ ਹੈ। ਉਹਨਾਂ ਨਾਲ ਹੀ ਕਿਹਾ ਕਿ 1 ਮਈ ਤੋਂ ਵੈਕਸੀਨ ਦੀ ਵੰਡ ਨੂੰ ਵੀ ਸੁਨਿਸ਼ਚਿਤ ਕੀਤਾ ਜਾਵੇ। ਸੀਐਮ ਨੇ ਟਵਿੱਟਰ ਜ਼ਰੀਏ ਲਿਖਿਆ ਕਿ ਉਹਨਾਂ ਪ੍ਰਧਾਨ ਮੰਤਰੀ ਨੂੰ ਇਹਨਾਂ ਮੰਗਾਂ ਦੇ ਨਾਲ ਟੀਕਾਕਰਨ ਦੇ ਲਈ SDRF ਫੰਡਾਂ ਦੀ ਵਰਤੋਂ ਕਰਨ ਲਈ ਵੀ ਕਿਹਾ। ਇਸ ਦੇ ਨਾਲ ਹੀ ਉਹਨਾਂ ਕੇਂਦਰ ਅਤੇ ਰਾਜਾਂ ਲਈ ਟੀਕੇ ਦੀ ਕੀਮਤ ਵਿੱਚ ਸਮਾਨਤਾ ਰੱਖਣ ਦੀ ਗੱਲ ਆਖੀ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਟਵੀਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ ਦੀ ਸਥਿਤੀ ਨਾਲ ਲੜਨ ਦੇ ਲਈ ਉਹਨਾਂ ਮੈਡੀਕਲ ਕਾਲਜਾਂ ਵਿੱਚ 400 ਨਰਸਾਂ ਅਤੇ 140 ਤਕਨੀਕੀ ਅਧਿਕਾਰੀਆਂ ਨੂੰ ਤੁਰੰਤ ਭਰਤੀ ਕਰਨ ਦੇ ਆਦੇਸ਼ ਦੇ ਦਿੱਤੇ ਨੇ। ਉਹਨਾਂ ਇਹ ਵੀ ਲਿਖਿਆ ਕਿ ਉਹ ਬਹੁਤ ਜਲਦੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ PGI ਸੈਟੇਲਾਈਟ ਕੇਂਦਰ ਅਤੇ ਆਰਮੀ ਹਸਪਤਾਲਾਂ ਨੂੰ ਕੋਰੋਨਾ ਮਰੀਜ਼ਾਂ ਲਈ ਤਬਦੀਲ ਕਰਨ ਦੀ ਮੰਗ ਕਰਨਗੇ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਉੱਪਰ ਸਵਾਲ ਚੁੱਕਦੇ ਨਜ਼ਰ ਆਏ। ਇੱਕ ਵਾਰ ਫਿਰ ਤੋਂ ਬੇਅਦਬੀ ਮਾਮਲੇ ਵਿੱਚ ਸਿੱਧੂ ਨੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਹੋਏ CM ਕੈਪਟਨ ਨੂੰ ਸਵਾਲ ਕੀਤਾ ਕਿ ਇਸ ਮਾਮਲੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਉਹ ਪੈਰਵੀ ਤੇ ਜ਼ੋਰ ਦੇਣ। ਉਹਨਾਂ ਨੇ ਕਿਹਾ ਕਿ ਇਕੱਲਾ ਐਡਵੋਕੇਟ ਜਨਰਲ ਤੇ ਦੋਸ਼ ਮੜ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ ਜਾ ਰਿਹਾ ਹੈ। ਜੋਤ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਨੇ ਤੇ ਇਸ਼ਾਰਿਆਂ ਦੇ ਵਿੱਚ CM ਕੈਪਟਨ ਦੇ ਉੱਪਰ ਹੀ ਵੱਡਾ ਸਵਾਲ ਖੜਾ ਕੀਤਾ। ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਅਤੇ ਫੇਸਬੁੱਕ ਪੇਜ ਦੇ ਉੱਪਰ ਲਿਖਿਆ ਕਿ ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ, ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜਨੀ ਤੇ ਸਿਰਫ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ, ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ 'ਚ ਨਹੀਂ ਹੈ। ਸਿੱਧੂ ਨੇ ਲਿਖਿਆ ਕਿ ਫਿਰ AG ਦੀ ਲਗਾਮ ਹੈ ਕਿਸ ਦੇ ਹੱਥ ਵਿੱਚ? ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਦੇ ਵਿੱਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ਼ ਪਿਆਦੇ ਨੇ। ਦੱਸਦੀ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਬੇਅਦਬੀ ਕੇਸ ਨੂੰ ਲੈ ਕੇ ਆਪਣੀ ਹੀ ਸਰਕਾਰ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ। ਇਸੇ ਵਿਚਾਲੇ AG ਆਫਿਸ ਦੀ ਕਾਰਗੁਜ਼ਾਰੀ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਲਗਾਏ ਜਾ ਰਹੇ ਨੇ। ਦੱਸਦੀ ਕਿ SIT ਦੀ ਰਿਪੋਰਟ ਖਾਰਜ ਹੋਣ ਦੇ ਬਾਅਦ ਇਹ ਪੂਰਾ ਮਾਮਲਾ ਮੁੜ ਤੋਂ ਭਖਿਆ ਹੋਇਆ। ਨਵਜੋਤ ਸਿੱਧੂ ਹੀ ਨਹੀਂ, ਹੋਰ ਵੀ ਕਈ ਕਾਂਗਰਸੀ ਲੀਡਰ ਉਸ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਵੀ ਕਰ ਚੁੱਕੇ ਨੇ। ਇੱਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ AG ਆਫਿਸ ਤੇ ਸਵਾਲ ਚੁੱਕੇ ਸਨ, ਲੇਕਿਨ ਹੁਣ ਸਿੱਧੂ ਨੇ ਕਿਹਾ ਕਿ AG ਆਫਿਸ ਦਾ ਕੰਟਰੋਲ ਕਿਸ ਦੇ ਹੱਥ ਦੇ ਵਿੱਚ ਹੈ, ਕਿ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ। ਯਾਨੀ ਇਸ਼ਾਰਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਸਵਾਲ ਚੁੱਕੇ ਨੇ, ਕਿਉਂਕਿ ਗ੍ਰਹਿ ਮੰਤਰਾਲਾ ਉਹਨਾਂ ਦੇ ਅੰਡਰ ਆਉਂਦਾ। ਇਸ ਲਈ ਵੱਡਾ ਸਵਾਲ ਉਹਨਾਂ ਨੇ ਗ੍ਰਹਿ ਮੰਤਰਾਲੇ ਤੇ ਚੁੱਕਿਆ ਅਤੇ ਲੀਗਲ ਟੀਮ ਦੇ ਮੈਂਬਰਾਂ ਨੂੰ ਪਿਆਦੇ ਦੱਸਿਆ। ਮੁੰਬਈ ਦੇ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ 13 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਦੇਰ ਰਾਤ ਸ਼ਾਰਟ ਸਰਕਟ ਹੋਣ ਕਾਰਨ ICU ਵਿੱਚ ਅੱਗ ਲੱਗ ਗਈ, ਜਿੱਥੇ ਜ਼ੇਰੇ ਇਲਾਜ ਮਰੀਜ਼ਾਂ ਵਿੱਚੋਂ 13 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਸ ਘਟਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਤੇ ਜ਼ਖਮੀਆਂ ਨੂੰ 50,000 ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਵੱਡਾ ਹਾਦਸਾ ਵਾਪਰਿਆ। ਮੁੰਬਈ ਦੇ ਵਿਰਾਰ ਸਥਿਤ
विजय वल्लभ अस्पताल दे विच आग लग गई है, जिसके कारण 13 कोरोना मरीजा की मौत हो गई है। जानकारी के मुताबिक 4 मंजिला हस्पताल की दूसरी बिल्डिंग के ICU वार्ड के विच अग लगी। इस ICU वार्ड के विच 17 मरीजा का इलाज चल रहा है, जिन्हां विचों 13 मरीजा की मौत हो गई है, जबकि 4 मरीज सुरक्षित दूसरे हस्पताल के विच शिफ्ट कर दिए गए हैं, जिथे उन्हां दा इलाज चल रहा है। यह पूरी घटना देर रात करीब 3 बजे की दसी जा रही है, जदों शॉर्ट सर्किट लगन के नाल पूरी बिल्डिंग के विच अग दीआं लपटां नजर आने लग पईआं। ते इसे अग दीआं लपटां के विच 13 कोरोना मरीज बुरी तरह नाल झुलस गए, जिस तों बाद फायर ब्रिगेड दीआं गड्डीआं मौके पहुंच गया ते अग ते काबू पाया गया। इस मामले दे विच CM उद्धव ठाकरे ने जांच दे आदेश दे दिते ने, जबकि PM मोदी ने इस हादसे ते दुख जताया है ते कहा कि मृतका दे परिजनां नूं 2-2 लाख रुपए मुआवजा दिता जाएगा, जबकि जख्मियां नूं 50-50 हजार रुपए का मुआवजे का ऐलान किया है। दस दे कि कुछ दिन पहला ही नासिक के जाकिर हुसैन अस्पताल दे विच ऑक्सीजन टैंक लीक हो गया सी, जिसके कारण 22 कोरोना मरीजा की मौत हो गई सी। ਤੇ ਅੱਜ ਮੁੰਬਈ ਦੇ ਵਿੱਚ ਦੂਸਰਾ ਵੱਡਾ ਹਾਦਸਾ ਵਾਪਰਿਆ ਹੈ। ਵਿਜੇ ਵੱਲਭ ਹਸਪਤਾਲ ਦੇ ਵਿੱਚ ਅੱਗ ਲੱਗਣ ਦੇ ਕਾਰਨ 13 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਭਾਰਤ ਤੇ ਪਾਕਿਸਤਾਨ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਕੈਨੇਡਾ ਸਰਕਾਰ ਨੇ ਅੱਜ ਭਾਰਤ ਤੇ ਪਾਕਿਸਤਾਨ ਤੋਂ ਸਾਰੀਆਂ ਯਾਤਰੀ ਹਵਾਈ ਉਡਾਨਾਂ ਤੇ 30 ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਟਰਾਂਸਪੋਰਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਇਹ ਪਾਬੰਦੀ ਅੱਜ ਤੋਂ ਹੀ ਲਾਗੂ ਹੋ ਗਈ ਹੈ। ਇਸ ਤੋਂ ਪਹਿਲਾਂ ਬਰਤਾਨੀਆ, ਆਸਟ੍ਰੇਲੀਆ ਤੇ ਸਿੰਗਾਪੁਰ ਵੀ ਭਾਰਤੀ ਉਡਾਨਾਂ ਤੇ ਪਾਬੰਦੀਆਂ ਲਾ ਚੁੱਕੇ ਨੇ। ਕੈਨੇਡਾ ਨੇ 30 ਦਿਨ ਦੇ ਵਾਸਤੇ ਭਾਰਤ ਤੋਂ ਫਲਾਈਟਸ ਦੇ ਉੱਪਰ ਰੋਕ ਲਗਾ ਦਿੱਤੀ ਹੈ, ਜਦਕਿ UAE ਨੇ ਵੀ 10 ਦਿਨਾਂ ਤੱਕ ਉਡਾਨਾਂ ਦੇ ਉੱਤੇ ਪ੍ਰਤੀਬੰਧ ਲਗਾਇਆ। ਕੋਰੋਨਾ ਦੇ ਚੱਲਦੇ ਕਈ ਦੇਸ਼ ਭਾਰਤ ਦੇ ਨਾਲ ਫਲਾਈਟਸ ਨੂੰ ਬੰਦ ਕਰ ਚੁੱਕੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਹਾਲਾਤ ਕਾਬੂ ਦੇ ਵਿੱਚ ਨਾ ਆਏ ਤਾਂ ਅੱਗੇ ਵੀ ਇਸ ਬੈਨ ਨੂੰ ਵਧਾਇਆ ਜਾ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਏਅਰ ਇੰਡੀਆ UK ਦੇ ਵਾਸਤੇ ਵੀ ਆਪਣੀਆਂ ਫਲਾਈਟਸ ਬੰਦ ਕਰ ਚੁੱਕੀ ਹੈ। ਭਾਰਤ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਨੇ, ਇਸੇ ਵਿਚਾਲੇ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ। ਬੀਤੀ ਰਾਤ ਤੋਂ ਸਾਰੀਆਂ ਡਾਇਰੈਕਟ ਫਲਾਈਟਸ ਨੂੰ ਰੱਦ ਕੀਤਾ ਗਿਆ ਹੈ ਤੇ ਇਹ ਰੋਕ ਪ੍ਰਾਈਵੇਟ ਅਤੇ ਕਮਰਸ਼ੀਅਲ ਦੋਹਾਂ ਉਡਾਣਾਂ ਦੇ ਉੱਪਰ ਲਾਗੂ ਹੈ। ਇੱਥੋਂ ਤੱਕ ਕਿ ਜੋ ਇਨਡਾਇਰੈਕਟ ਫਲਾਈਟਸ ਦੇ ਜ਼ਰੀਏ ਭਾਰਤ ਤੋਂ ਕੈਨੇਡਾ ਪਹੁੰਚਣ ਵਾਲੇ ਯਾਤਰੀ ਨੇ ਉਹਨਾਂ ਦੀ ਕੋਵਿਡ ਰਿਪੋਰਟ ਵੀ ਨੈਗੇਟਿਵ ਹੋਣੀ ਚਾਹੀਦੀ ਹੈ, ਜਿਸ ਦੇ ਚੱਲਦੇ ਇੱਕ ਵਾਰ ਫਿਰ ਜੋ ਲੋਕ ਕੈਨੇਡਾ ਤੋਂ ਭਾਰਤ ਜਾਂ ਪਾਕਿਸਤਾਨ ਆਏ ਹੋਏ ਨੇ ਉਹਨਾਂ ਦੀ ਮੁਸ਼ਕਲਾਂ 'ਚ ਵਾਧਾ ਹੋ ਗਿਆ ਹੈ, ਕਿਉਂਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਸੀ। ਬਹੁਤ ਸਾਰੇ ਲੋਕ ਆਪਣੇ ਰਿਸ਼ਤੇਦਾਰਾਂ ਦੇ ਵਿਆਹਾਂ ਦੇ ਵਿੱਚ ਕੈਨੇਡਾ ਤੋਂ ਭਾਰਤ ਆਉਂਦੇ ਨੇ ਤੇ ਹੋਰ ਕੰਮਕਾਜਾਂ ਲਈ ਵੀ ਪਹੁੰਚਦੇ ਨੇ, ਜਿਨ੍ਹਾਂ ਦੀ ਵਾਪਸੀ 'ਚ ਹੁਣ ਮੁਸ਼ਕਲਾਂ ਪੈਦਾ ਹੋ ਗਈਆਂ ਨੇ, ਕਿਉਂਕਿ ਕੈਨੇਡਾ ਦੇ ਵੱਲੋਂ ਲਗਾਈ ਗਈ ਤਾਜ਼ਾ ਪਾਬੰਦੀ ਨੇ ਉਹਨਾਂ ਦੀ ਚਿੰਤਾ ਵਧਾ ਦਿੱਤੀ ਹੈ। ਦੱਸਦੀ ਕਿ ਪਿਛਲੇ ਸਾਲ ਵੀ ਕੋਰੋਨਾ ਵਾਇਰਸ ਕਾਰਨ ਹਵਾਈ ਯਾਤਰਾ ਤੇ ਰੋਕ ਲੱਗੀ ਸੀ, ਜਿਸ ਦੌਰਾਨ ਕੈਨੇਡਾ ਨੇ ਸਪੈਸ਼ਲ ਉਡਾਨਾਂ ਦੇ ਜ਼ਰੀਏ ਆਪਣੇ ਨਾਗਰਿਕਾਂ ਨੂੰ ਕੱਢਿਆ ਸੀ। ਪੰਜਾਬ ਪੁਲਿਸ ਵਿੱਚ ਅਹਿਮ ਫੇਰਬਦਲ ਕੀਤਾ ਗਿਆ ਹੈ, ਜਿਸ ਵਿੱਚ 1 SSP ਸਮੇਤ 6 PPS ਅਫਸਰਾਂ ਦਾ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਇਸ ਵਿੱਚ ਸੰਦੀਪ ਸਿੰਘ, ਹਰਭਜਨ ਸਿੰਘ ਅਤੇ ਭੁਪਿੰਦਰ ਸਿੰਘ ਤੇ ਹੋਰ ਦਾ ਤਬਾਦਲਾ ਕੀਤਾ ਗਿਆ ਹੈ। ਇਸ ਨਾਲ ਹੀ ਇਹਨਾਂ ਦੀ ਪੋਸਟਿੰਗ ਬਾਰੇ ਵੀ ਪੂਰਾ ਵੇਰਵਾ ਦਿੱਤਾ ਗਿਆ ਹੈ, ਜੋ ਕਿ ਇਸ ਤਰ੍ਹਾਂ। ਪੰਜਾਬ ਪੁਲਿਸ ਦੇ ਵਿੱਚ ਅਹਿਮ ਫੇਰ ਬਦਲ ਹੋਏ ਹੈ, ਜਿਸ ਵਿੱਚ 1 SSP ਸਮੇਤ 6 PPS ਅਫਸਰਾਂ ਦੇ ਤਬਾਦਲੇ ਹੋਏ ਨੇ, ਜਿਨ੍ਹਾਂ ਦੀ ਇਹ ਲਿਸਟ ਵੀ ਜਾਰੀ ਹੋਈ ਹੈ। ਇਸ ਲਿਸਟ ਦੇ ਮੁਤਾਬਕ ਸੰਦੀਪ ਗੋਇਲ PPS ਨੂੰ SSP ਬਰਨਾਲਾ, ਐਡੀਸ਼ਨਲ ਚਾਰਜ AIG FIU ਲੁਧਿਆਣਾ ਤੋਂ ਬਦਲ ਕੇ AIG FIU ਲੁਧਿਆਣਾ ਅਤੇ ਇਸ ਦੇ ਨਾਲ ਐਡੀਸ਼ਨਲ ਚਾਰਜ SSP ਬਰਨਾਲਾ ਲਗਾਇਆ ਗਿਆ। ਹਰਭਜਨ ਸਿੰਘ PPS ਨੂੰ AIG ਐਡਮਿਨ ਟੈਕਨੀਕਲ ਸਰਵਿਸਿਜ਼ ਪੰਜਾਬ ਚੰਡੀਗੜ੍ਹ ਤੋਂ ਬਦਲ ਕੇ AIG ਕਮਿਊਨਿਟੀ ਪੁਲਿਸਿੰਗ ਪਟਿਆਲਾ ਲਗਾਇਆ ਗਿਆ, ਜਦਕਿ ਭੁਪਿੰਦਰ ਸਿੰਘ PPS ਨੂੰ AIG ਆਰਮਾਮੈਂਟ ਪੰਜਾਬ ਚੰਡੀਗੜ੍ਹ ਤੋਂ AIG ਐਡਮਿਨ ਟੈਕਨੀਕਲ ਸਰਵਿਸਿਜ਼ ਪੰਜਾਬ ਚੰਡੀਗੜ੍ਹ ਲਗਾਇਆ ਗਿਆ। ਇਸ ਤੋਂ ਇਲਾਵਾ ਸਤਵੀਰ ਸਿੰਘ PPS ਨੂੰ ਅਸਿਸਟੈਂਟ ਕਮਾਂਡੈਂਟ 3rd CDO SAS ਨਗਰ ਤੋਂ ਬਦਲ ਕੇ AIG 1 ਸੈਂਟਰਲਾਈਜ਼ ਕੰਟਰੋਲ ਰੂਮ PSAP SA ਨਗਰ ਲਗਾਇਆ ਗਿਆ। ਰਾਜੇਸ਼ ਕੁਮਾਰ ਨੂੰ ਅਸਿਸਟੈਂਟ ਕਮਾਂਡੈਂਟ 82 ਬਟਾਲੀਅਨ PAP ਚਾਰਜ ਤੋਂ ਹਟਾ ਕੇ AIG 2 ਸੈਂਟਰਲਾਈਜ਼ਡ ਕੰਟਰੋਲ ਰੂਮ APSAS ਨਗਰ ਲਗਾਇਆ ਗਿਆ, ਜਦਕਿ ਭੁਪਿੰਦਰ ਸਿੰਘ PPS ਨੂੰ AIG PBI ਲੁਧਿਆਣਾ ਰੇਂਜ ਲੁਧਿਆਣਾ ਲਗਾਇਆ ਗਿਆ। ਪੰਜਾਬ ਪੁਲਿਸ ਦੇ ਵਿੱਚ ਹੋਏ ਇਹ ਅਹਿਮ ਤਬਾਦਲੇ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤੇ ਜਾਣਗੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV। ਤੇ ਸਨ ਹੁਣ ਤੱਕ ਦੀਆਂ ਖਬਰਾਂ, ਮੈਨੂੰ ਰਚਨਾ ਨੂੰ ਦਿਓ ਇਜਾਜ਼ਤ। ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ TV।